ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕਮ ਯਾ ਇਲੀ ਖੈਰ। ਉਮੀਦ ਕਰਨਾ ਜੀ ਤੁਸੀਂ ਸਾਰੇ ਭਰਾ ਠੀਕ ਹੋਵੋ ਅਤੇ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਠੀਕ ਰੱਖੇ ਜੀ। ਅਤੇ ਅੱਜ ਦਿਨ ਨੇ ਜੀ ਜੁੰਮੇ ਦਾ, ਜੁੰਮਾ ਤੋਂ ਮੁਬਾਰਕ ਤੁਹਾਨੂੰ ਸਾਰਿਆਂ ਭਰਾਵਾਂ ਨੂੰ ਜੀ। ਜੁੰਮੇ ਦਾ ਦਿਨ ਬਹੁਤ ਬਹੁਤ ਮੁਬਾਰਕ ਹੋਵੇ ਅਤੇ ਅੱਜ ਦੇ ਬਰਕਤ ਦਿਨ ਦੇ ਸਦਕੇ ਅੱਲਾਹ ਤਾਲਾ ਤੁਹਾਡੇ ਸਾਰਿਆਂ ਨੇ ਆਪਣਾ ਕਰਮ ਕਰੇ ਜੀ। ਅਤੇ ਜਿਸ ਤਰ੍ਹਾਂ ਕਿ ਤੁਸੀਂ ਵੇਖ ਸਕਦੇ ਹੋ ਜੀ, ਸ਼ਟਰਿੰਗ ਹੋ ਚੁੱਕੀ ਹੈ, ਬਜਰੀ ਆ ਚੁੱਕੀ ਹੈ, ਰੇਤ ਆ ਚੁੱਕੀ, ਬਕਾਇਆ ਰਹਿ ਗਿਆ ਜਨਾਬ ਸੀਮਟ ਅਤੇ ਸਰੀਆ। ਕੰਮ ਸ਼ੁਰੂ ਕਰਵਾਇਆ ਜਨਾਬ ਡੇਰੇ ਦਾ, ਇਹ ਤੁਸੀਂ ਵੇਖ ਸਕਦੇ ਹੋ। ਪਹਿਲਾਂ ਦੁਕਾਨਾਂ ਹਨ ਚਾਰ, ਦੋ ਇੱਧਰ, ਇਹ ਮੇਨ ਐਂਟਰੀ ਸੀ ਦਰਵਾਜ਼ੇ ਦੀ, ਅਤੇ ਇਹ ਹੁਣ ਉਹਨਾਂ ਸਾਰੇ ਦੇ ਉੱਤੇ ਨਾ ਜਿਹੜਾ ਨਾ ਲੰਗਰ ਪਵਾ ਰਹੇ ਆ ਟੋਟਲ। ਇੱਧਰ ਵੀ ਹਾਲ ਸ਼ਾਲ ਖੁੱਲ੍ਹਾ ਹੋ ਜਾਂਦਾ, ਗੱਡੀ ਦਾ ਗਰਾਜ ਸੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਡੇਰਾ ਵੇਖੇ ਆ ਜੀ। ਇਹ ਹੁਣ ਸਾਰੇ ਹੀ ਤਕਰੀਬਨ ਨਾ ਹਾਲ ਜਿਹੜਾ ਗਰਾਜ 'ਚ ਚੇਂਜ ਹੋ ਜਾਂਦਾ ਇਨਸ਼ਾਅੱਲਾ। ਅਤੇ ਚੱਲਦੇ ਹਾਂ ਛੱਤ ਉੱਤੇ, ਵੇਖਦੇ ਹਾਂ ਕਿ ਮਿਸਤਰੀ ਜਨਾਬ ਕੀ ਘਰ ਬਣਾ ਰਹੇ ਨੇ ਜੀ। ਇਹ ਸਾਈਡ ਤੋਂ ਵੀ ਤੁਹਾਨੂੰ ਵਿਖਾ ਦਿੰਦੇ ਚਲੀਏ ਜੀ, ਕੁਛ ਐਂ ਦੀ ਸੂਰਤ ਹਾਲ। ਇਹ ਸੇਬਾਂ ਦਾ ਬੂਟਾ ਜਨਾਬ, ਇਹ ਨਾਰ ਲੱਗੇ ਜੀ ਜੀ। ਇਹ ਵੇਖ ਸਕਦੇ ਇੱਧਰ ਜਨਾਬ ਕਬੂਤਰਾਂ ਦੇ ਜਿਹੜੇ ਸ਼ੌਕੀਨ ਰਾਤ ਨੇ, ਇੱਧਰ ਕਬੂਤਰ ਜੀ। ਇਹ ਸ਼ਿਕਾਰ ਵਾਲੀ ਜੀਪ ਖਲੋਤੀ ਜੀ ਬਰਾਂਡੇ 'ਚ ਜੀ। ਇਹ ਅੰਗੂਰ ਲੱਗੇ ਜੀ, ਅੰਗੂਰਾਂ ਸ਼ਾ। ਇੱਧਰ ਜਨਾਬ ਬੱਕਰੀਆਂ ਦੇ ਬੱਚੇ, ਇੱਕ ਬੱਕਰੀ ਨੇ ਤਿੰਨ ਬੱਚੇ ਦਿੱਤੇ ਨੇ ਜੀ, ਤਿੰਨੇ ਦੇ ਤਿੰਨੇ ਆ ਜੀ ਬੈਠੇ। ਉੱਠੋ ਸਲਾਮੀ ਦਿਓ। ਹੁਣ ਚੱਲਦੇ ਹਾਂ ਜਨਾਬ ਛੱਤ ਵਾਲੀ ਸਾਈਡ ਦੇ, ਅਤੇ ਵੇਹਨੇ ਹਾਂ ਇਹਨਾਂ ਉੱਤੇ ਇੱਕ ਡਿਜ਼ਾਇਨ ਜਿਹਾ ਲਾਉਣਾ ਹੁੰਦਾ, ਵੇਹਨੇ ਹਾਂ ਉਹ ਕਿੰਨਾ ਕਿਲਾ ਇਹ ਹੈਗਾ ਜੀ। ਇਹ ਜਰਮਨ ਪੁਆਇੰਟਰ ਹੈ ਜੀ, ਇਹਨੂੰ ਕੱਚੀ ਜਗ੍ਹਾ 'ਤੇ ਬੰਨੇ ਆ ਜੀ। ਉਸ ਤੋਂ ਬਾਅਦ ਇੱਧਰ ਲੈਪ ਰਹੇ ਵੇ, ਇਹ ਵੇਖੋ ਕਿੱਡੇ ਸਕੂਨ ਨਾਲ ਸੁੱਤੇ ਆ। ਇਹਦਾ ਨਾਂ ਲੈਣਾ ਅਤੇ ਇਹਨੇ ਉੱਠ ਖਲੋਣਾ ਜੀ, ਕਲਿੰਟਨ। ਇਹ ਵੇਖਿਆ ਉੱਠ ਖਲੋਤਾ, ਅੱਖ ਰੈੱਡ ਹੋ ਜੀ। ਗਰਮੀ ਵਿੱਚ ਜਾਨਵਰਾਂ ਦਾ ਬਹੁਤ ਬੁਰਾ ਅਸਰ ਹੈ ਜੀ। ਜਿੰਨਾ ਤੁਸੀਂ ਕੱਚੀ ਜਗ੍ਹਾ 'ਤੇ ਨਾ ਰੱਖੋ ਦੇਣਾ ਜੀ, ਜਿੰਨਾ ਕੱਚੀ ਜਗ੍ਹਾ 'ਤੇ ਉਨਾ ਠੀਕ ਰਹੇਗਾ। ਵੇਖ ਕਹਿੰਦੇ ਹੋ ਵੀ ਮੈਂ ਵੀ ਚਾਦਰ ਸਿਰ ਦੇ ਉੱਤੇ ਲਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ। ਸਾਈਂ ਜੀ ਕੀ ਹਾਲ ਜੀ? ਇਹ ਸਾਡੇ ਸਾਈਂ ਹਰੀ ਜੀ, ਇਹ ਕਬੂਤਰਾਂ ਦਾ ਪਿੰਜਰਾ ਉੱਤੇ। ਇਹ ਹੁਣ ਅਗਲਾ ਨਿਜ਼ਾਮ ਜੀ, ਇਹ ਸਾਈਡ 'ਤੇ ਡਿਜ਼ਾਇਨ ਜਿਹੜਾ ਉਹ ਲੱਗ ਗਿਆ ਜੀ, ਇਹਦੀ ਗੁਲਾਈਆਂ ਵਾ ਅਤੇ ਕੰਮ ਹੋਣਾ। ਟੱਕ ਡਬਲ ਕਰੋ ਅਤੇ ਫਿਰ ਸਿੰਗਲ ਜੀ, ਸਿੰਗਲ ਟੱਕ ਦਿੱਤਾ ਜਾਏਗਾ ਜੀ। ਕੁਛ ਛੱਤ ਦੀ ਲੋਕੇਸ਼ਨ ਇਹ ਹਿਸਾਬ ਦੀ ਹੈ ਜੀ। ਪਾਈਪ ਲੱਭ ਗਿਆ ਸਾ ਜੇ ਇਹਦੀ, ਹੁਣ ਤਾਂ ਕੋਈ ਨਹੀਂ ਜ਼ਰੂਰਤ ਜੀ। ਇਹ ਪਾਈਪ ਚਾਹੀਦਾ ਸੀ ਜੀ ਗੁਲਾਈ ਵਾਸਤੇ, ਅਤੇ ਮਿਸਤਰੀ ਸਾਹਿਬ ਨੇ ਮੰਗਿਆ ਸੀ ਉਸ ਵੇਲੇ ਉੱਤੇ ਆ ਗੁਲਾਈ। ਅਤੇ ਸੇਮ ਨਾ ਜੀ ਜਿਹੜਾ ਉਹ ਡਿਜ਼ਾਇਨ ਸੇਮ ਹੀ ਆ ਦਿੱਤਾ ਜੀ ਇੱਥੇ, ਤਾਂ ਕਿ ਕੋਈ ਖੂਬਸੂਰਤੀ ਬਣ ਜਾਏ ਜੀ ਮਾਸ਼ਾਅੱਲਾ। ਇਹ ਵੇਖ ਸਕਦੇ ਹੋ ਤੁਸੀਂ ਛੱਤ, ਜਦੋਂ ਇਹ ਵੀ ਵੇਚੀ ਹੋ ਜਾਣਾ ਛੱਤ ਕਾਫੀ ਮਾਸ਼ਾਅੱਲਾ ਜਿਹੜਾ ਨਾ ਜੀ ਖੁੱਲ੍ਹਾ ਡੁੱਲਾ ਹੋ ਜਾਣਾ, ਅਲਹਮਦੁਲਿਲਾ ਬੜਾ ਬਿਹਤਰੀਨ ਮਾਹੌਲ ਬਣ ਜਾਏ। ਕਿਉਂ ਸਾਈਂ ਜੀ ਛੱਤ ਫਿਰ ਖੁੱਲ੍ਹਾ ਡੁੱਲਾ ਹੋ ਜਾਏਗਾ ਨਜ਼ਾਰਿਆਂ ਵਾਲਾ ਜੀ ਜੀ ਆ। ਇਹ ਜੀ ਜਿਸ ਤਰ੍ਹਾਂ ਨਹੀਂ ਜਾਂਦੇ, ਉਹ ਕਿਸੇ ਆਖਿਆ ਸੀ ਬਈ ਬਰਾਤ ਲਿਆ ਕੇ ਚੱਲੇ ਹੋ ਅਤੇ 100 ਲੇਲਾ ਖਾਣਾ ਇੱਕ ਇੱਕ ਬੰਦੇ ਨੇ,
ਤੇ ਵਿਆਹ ਅਸਾਂ ਤਾਂ ਕਰਕੇ ਦੇਣਾ। ਇਹਨਾਂ ਦਾ ਵਿਆਹ ਸੀ ਇਹ ਬੱਟ ਸਾਹਿਬ ਦਾ, ਇਹ ਵਿਆਹ ਹੀ ਹੋ ਰਿਹਾ ਇੱਥੇ। ਇਹਨਾਂ ਜਨਾਬ ਤਰਤੀਬ ਦਿੱਤੀ ਹੈ ਵੀ ਸੋ ਲੈ ਲਾ ਕੇ ਜੀ ਖਾਣ। ਇਹ ਜੀ ਸਾਡੇ ਬਹੁਤ ਹੀ ਪਿਆਰ ਵਾਲੇ ਸ਼ੇਰ ਮੋੜ ਤੋਂ ਮਿਸਤਰੀ ਸਨ ਅਤੇ ਬੜੇ ਪੁਰਾਣੇ ਕਾਰੀਗਰ ਨੇ ਜੀ, ਪੁਰਾਣੇ ਜੀ ਅਤੇ ਤਜਰਬੇਕਾਰ ਸਨ ਬਜ਼ੁਰਗ। ਸਾਨੂੰ ਥੋੜ੍ਹਾ ਜਿਹਾ ਨਾ ਇੱਥੇ ਮਸਲਾ ਬਣਿਆ ਸੀ ਡਿਜ਼ਾਇਨ ਦਾ, ਕਿਉਂਕਿ ਇਹ ਸਿਲੰਡਰ ਨਾਲ ਵੀ ਰਲਾਉਣਾ ਸੀ ਜੀ, ਇਹ ਜਿਹੜਾ ਸਾਹਮਣੇ ਇੰਝ ਕਰਕੇ ਮਸਲਾ ਵਾਹ ਬੜਾ ਸੀ। ਉਹ ਅੱਗੇ ਡਿਜ਼ਾਇਨ ਹੋਰ ਸੀ, ਇਹ ਡਿਜ਼ਾਇਨ ਪੁਰਾਣਾ ਸੀ। ਇਹਨਾਂ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਡਿਜ਼ਾਇਨ ਲਾਏ ਸਨ, ਇਹਨਾਂ ਨੂੰ ਪਤਾ ਸੀ ਕਿਹੜਾ ਡਿਜ਼ਾਇਨ ਕਿੰਝ ਬਣਨਾ ਜੀ। ਅਤੇ ਹੁਣ ਮਾਸ਼ਾ ਅੱਲਾ ਉਹ ਵੀ ਅਗਲਾ ਡਿਜ਼ਾਇਨ ਵੀ ਉਹਦੇ ਨਾਲ ਰਲ ਗਿਆ ਜੀ। ਇਹ ਅਸੀਂ ਸਿੰਪਲ ਕਰ ਦਿੱਤਾ ਜੀ, ਜਿਹੜਾ ਅੱਜ ਕੱਲ੍ਹ ਚੱਲ ਰਿਹਾ ਜੀ ਉਹਦੇ ਨਾਲ ਰਲਾ ਦਿੱਤਾ, ਜਿਹੜਾ ਅੱਜ ਕੱਲ੍ਹ ਦਾ ਮਾਹੌਲ ਚੱਲ ਰਿਹਾ ਜੀ। ਅਤੇ ਮਾਸ਼ਾ ਅੱਲਾ ਠੀਕ ਹੋ ਰਿਹਾ ਜੀ ਕੰਮ। ਅਤੇ ਮਜ਼ੀਦ ਜੀ ਉਮੀਦ ਕਰਨਾ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਜੀ, ਦੁਆ ਕਰਿਓ ਕਿ ਸਾਡਾ ਜਿਹੜਾ ਕੰਮ ਇਹ ਖੈਰੋ ਖੁਸ਼ੀਅਤ ਨਾਲ ਅੱਲਾ ਤਾਲਾ ਇਹਨੂੰ ਛੱਤ ਪੈ ਜੇ ਮੰਜ਼ਲੇ ਮਕਸੂਦ 'ਤੇ ਪਹੁੰਚਾਏ ਜੀ। ਅਤੇ ਅੱਲਾ ਤਾਲਾ ਤੁਹਾਡੇ ਵੀ ਸਾਰਿਆਂ 'ਤੇ ਆਪਣਾ ਕਰਮ ਕਰੇ, ਜਿੰਨੇ ਵੀ ਭਰਾ ਵੇਖਣੇ ਵਾਲੇ ਸੁਣਨੇ ਵਾਲੇ ਆਪਣੀ ਖਾਸ ਦੁਆਵਾਂ ਜੀ ਯਾਦ ਰੱਖਿਓ। ਅਤੇ ਇਨ ਸ਼ਾ ਅੱਲਾ ਮਿਲਦੇ ਹਾਂ ਜਨਾਬ ਕਿਸੇ ਨੈਕਸਟ ਵੀਡੀਓ ਦੇ ਨਾਲ। ਅੱਲਾ ਹਾਫਿਜ਼ ਜਨਾਬ। ਇਹ ਪਿੰਡ ਹੈ ਜੀ, ਪਿੰਡ ਜਲਾਲਪੁਰ ਜੱਟਾਂ ਪਿੰਡ ਮੋਜੋਗੀ ਜੀ। ਇਹ ਸਾਡੇ ਬੱਟ ਸਾਹਿਬ, ਬੱਟ ਸਾਹਿਬ ਹੱਥ ਹੀ ਲਾ ਦਿਓ। ਹਾਂਜੀ।